ਦੇਖੋ ਮਾਹੌਲ ਤਾਂ ਬਾਈ ਦੇ ਨਾਲ ਹੀ ਹੁੰਦਾ ਸੀਗਾ ਜੀ, ਜਿਹੜੇ ਸਾਰੇ ਉਹਦੇ ਚਾਹੁਣ ਵਾਲੇ ਆ। ਬੜੇ ਸਾਰੇ ਟੈਗ ਮਿਲੇ, ਬੜੀਆਂ ਸਾਰੀਆਂ ਚੀਜ਼ਾਂ ਇੱਕ ਟਾਈਮ 'ਤੇ ਉਹਨਾਂ ਨੇ ਫੇਸ ਕੀਤੀਆਂ। ਉਹ ਟਾਈਮ ਕਿਵੇਂ ਦਾ ਸੀ, ਕਿਵੇਂ ਉਹਨਾਂ ਨੇ ਉਸ ਚੀਜ਼ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ? ਦੇਖੋ ਇਹ ਸਮਝਣ ਦੀ ਆਪਦੀ ਆਪਦੀ ਹਰੇਕ ਦੀ, ਜਿੰਨੀ ਕੁ ਜਿਹਨੂੰ ਸਮਝ ਆ ਉਨੀ ਕੁ ਗੱਲ ਸੀਗੀ ਜੀ। ਜਿਹੜਾ ਉਦੋਂ ਟਾਈਮ ਸੀਗਾ, ਲੋਕਾਂ ਨੇ ਉਹਨੂੰ ਨੈਗੇਟਿਵ ਸੈਂਸ 'ਚ ਲਿਆ, ਜਾਂ ਏਜੰਸੀਜ਼ ਨੇ ਕਹਿ ਲਓ, ਬਾਕੀ ਜਥੇਬੰਦੀਆਂ। ਕਹਿੰਦੇ ਕਿ ਜਦੋਂ ਤੱਕ ਦੀਪ ਕੈਰੂ ਜੋ ਛੋਟਾ ਸੀ, ਚਾਹੇ ਜਦੋਂ ਕਿਤੇ ਬਾਹਰ ਹੁੰਦਾ ਸੀ ਤਾਂ ਤੁਸੀਂ ਹਮੇਸ਼ਾ ਦਰਵਾਜ਼ੇ 'ਤੇ ਖੜ੍ਹੇ ਰਹਿੰਦੇ ਸੀ ਜਦੋਂ ਤੱਕ ਉਹ ਘਰ ਨਹੀਂ ਸੀ ਆ ਜਾਂਦਾ। ਪੰਜਾਬ ਦੀ ਹਰ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਿਕਲੇ ਨੇ। ਹਰ ਮਾਂ ਜਿਹੜੀ ਉਹ ਰੋਈ ਆ ਜਦੋਂ ਇਹ ਖਬਰ ਬਾਹਰ ਆਈ ਸੀ। ਉਹ ਪੰਜਾਬ ਦੇ ਲਈ ਉੱਥੋਂ ਸਾਰਾ ਕੁਝ ਆਪਣਾ ਛੱਡ ਕੇ ਆਇਆ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ, ਮੈਂ ਹਾਂ ਖੁਸ਼ੀ ਸਰਾਂ। ਕੁਝ ਦਿਨ ਪਹਿਲਾਂ ਇੱਕ ਅਜਿਹੀ ਖਬਰ ਆਈ ਜਿਸ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਉਸ ਖਬਰ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਆ, ਹਰ ਇੱਕ ਦੀਆਂ ਅੱਖਾਂ ਅਜੇ ਤੱਕ ਨਾਮਾ। ਅਤੇ ਉਹ ਖਬਰ ਸੀ ਦੀਪ ਸਿੱਧੂ ਦੀ ਅਚਾਨਕ ਹੋਈ ਮੌਤ ਦੀ। ਉਸ ਖਬਰ 'ਤੇ ਯਕੀਨ ਕਰਨਾ ਹਰ ਇੱਕ ਦੇ ਲਈ ਬਹੁਤ ਹੀ ਔਖਾ ਸੀ। ਅਤੇ ਅੱਜ ਜੇ ਗੱਲ ਕਰੀਏ ਤਾਂ ਅੱਜ ਦੀਪ ਸਿੱਧੂ ਦੇ ਬ੍ਰਦਰ ਮਨਦੀਪ ਸਿੱਧੂ ਮੇਰੇ ਨਾਲ ਨੇ। ਦੀਪ ਸਿੱਧੂ ਹੋਣਾ ਦਾ ਲਾਸਟ ਗੀਤ ਲਾਹੌਰ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਉਹਨਾਂ ਦੀ ਪ੍ਰੈਸ ਕਾਨਫਰੰਸ 'ਤੇ ਸਾਡੇ ਨਾਲ ਉਹਨਾਂ ਦੇ ਬ੍ਰਦਰ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਅੱਜ ਦੀਪ ਸਿੱਧੂ ਹੋਣਾ ਦਾ ਲਾਸਟ ਗੀਤ ਜੋ ਅਸੀਂ ਲਾਹੌਰ ਪੜ੍ਹਦੇ ਹੁੰਦੇ ਪ੍ਰੈਸ ਕਾਨਫਰੰਸ ਆ, ਕਿਤੇ ਨਾ ਕਿਤੇ ਉਹ ਕਮੀ ਹਰ ਇੱਕ ਨੂੰ ਬੜੀ ਖਲਕ ਰਹੀ ਆ। ਜੋ ਖੁਦ ਇੱਥੇ ਹੁੰਦੇ ਤਾਂ ਸ਼ਾਇਦ ਮਾਹੌਲ ਕੁਝ ਹੋਰ ਹੁੰਦਾ, ਪਰ ਅੱਜ ਤੁਸੀਂ ਇੱਥੇ ਆਇਓ, ਮਾਹੌਲ ਅਲੱਗ ਆ। ਦੇਖੋ ਮਾਹੌਲ ਤਾਂ ਬਾਈ ਦੇ ਨਾਲ ਹੀ ਹੁੰਦਾ ਸੀਗਾ ਜੀ, ਜਿਹੜੇ ਸਾਰੇ ਉਹਦੇ ਚਾਹੁਣ ਵਾਲੇ ਆ ਜਾਂ ਪ੍ਰੈਸ ਆ, ਉਹਦੇ ਨਾਲ ਟੋਟਲ ਡਿਫਰੈਂਟ ਸਿਨੈਰੀਓ ਹੁੰਦਾ ਸੀ। ਅੱਜ ਡਿਫਰੈਂਟ ਆ, ਚਲੋ ਇੱਕ ਸੌਂਗ ਆ ਸਾਨੂੰ ਰਿਲੀਜ਼ ਕਰਨਾ ਪੈਣਾ, ਇਟਸ ਅ ਪ੍ਰੋਜੈਕਟ, ਕੰਪਲੀਟ ਹੋ ਚੁੱਕਿਆ ਸੀ ਉਹਦਾ ਇਹ ਸੌਂਗ। ਅਤੇ ਬਾਈ ਆਪ ਉਸ ਦਿਨ ਇਹੀ ਡਿਸਕਸ ਕਰਨ ਡੈਲੀ ਤੋਂ ਕਰਨਾਲ ਆ ਰਹੇ ਸੀਗੇ ਵੀ ਇਹਦਾ ਸੌਂਗ ਦੀ ਰਿਲੀਜ਼ ਕਿੱਦਾਂ ਰੱਖਣੀ ਆ, ਅਤੇ ਸਾਡਾ ਫਰਦਰ ਪ੍ਰੋਜੈਕਟ ਜਿਹੜਾ ਜੋਰਾ ਵੀ ਇਹਨਾਂ ਨਾਲ ਸੀ ਉਹਦੇ ਰਿਗਾਰਡਿੰਗ ਹੀ ਗੱਲ ਕਰਨ, ਇੱਥੇ ਹੀ ਸਾਗਾ ਆਪਣੇ ਸਿਮਰਨ ਬਾਈ ਕੋਲ ਇਹਦੇ ਰਿਗਾਰਡਿੰਗ ਹੀ ਆ ਰਹੇ ਸੀਗੇ। ਜੇਕਰ ਗੱਲ ਕਰੀਏ ਦੀਪ ਸਿੱਧੂ ਹੋਣਾ ਦੀ, ਤਾਂ ਬੜੇ ਸਾਰੇ ਟੈਗ ਮਿਲੇ, ਬੜੀਆਂ ਸਾਰੀਆਂ ਚੀਜ਼ਾਂ ਇੱਕ ਟਾਈਮ 'ਤੇ ਉਹਨਾਂ ਨੇ ਫੇਸ ਕੀਤੀਆਂ। ਉਹ ਟਾਈਮ ਕਿਵੇਂ ਦਾ ਸੀ, ਕਿਵੇਂ ਉਹਨਾਂ ਨੇ ਉਸ ਚੀਜ਼ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ? ਦੇਖੋ ਡਿਫਰੈਂਟ ਫੇਜ਼ਿਸ ਆਫ ਲਾਈਫ ਹੁੰਦੇ ਆ। ਇਟ ਵਾਜ਼ ਅ ਬੈਡ ਫੇਜ਼, ਇਟ ਵਾਜ਼ ਪਾਸਡ ਔਨ, ਸਾਰਾ ਨਿਕਲ ਗਿਆ ਸੀਗਾ ਜੀ। ਹੁਣ ਡਿਫਰੈਂਟ ਸਨੈਰੀਓ ਸਾਰੇ ਚੇਂਜ ਸੀ। ਹੁਣ ਤਾਂ ਜਿਵੇਂ ਆਹ ਸੌਂਗ ਸ਼ੂਟ ਕਰ ਲਿਆ ਸੀ, ਹੁਣ ਪਿਕਚਰਸ 'ਚ ਵੀ ਬਾਕੀ ਸਾਡਾ ਪ੍ਰੋਜੈਕਟ 5 ਮਾਰਚ ਤੋਂ ਸਾਡੀ ਔਨ ਫਲੋਰ ਸ਼ੂਟਿੰਗ ਸਟਾਰਟ ਸੀਗੀ। ਉਹ ਪਾਸ ਔਨ ਹੋ ਗਿਆ ਜੀ ਜੋ ਟਾਈਮ ਸੀਗਾ ਜੀ। ਉਹ ਖੁਦ ਇਹ ਜਿਸ ਤਰੀਕੇ ਦੇ ਨਾਲ ਹੁਣ ਦੇਖੇ ਜੋ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲ ਰਿਹਾ, ਯੋਧਾ ਸੂਰਮਾ ਇਹ ਉਹਨਾਂ ਦੇ ਲਈ ਜਿਹੜੇ ਵਰਡ ਯੂਜ਼ ਕੀਤੇ ਜਾ ਰਹੇ ਨੇ, ਕਹਿੰਦੇ ਨੇ ਜੇ ਜਿਉਂਦੇ ਜੀ ਉਹ ਚੀਜ਼ ਹੁੰਦੀ ਤਾਂ ਸ਼ਾਇਦ ਉਸ ਚੀਜ਼ ਦੀ ਅਲੱਗ ਹੀ ਵੈਲਿਊ। ਨਹੀਂ ਦੇਖਿਓ ਜਿਹੜੀ ਗੱਲ ਸੀਗੀ 26 ਜੈਨ ਤੋਂ ਬਾਅਦ ਉਹ ਚੀਜ਼ ਨੂੰ ਕਲੀਅਰ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਉਵੇਂ ਉਵੇਂ ਉਹ ਗੱਲ ਕਲੀਅਰ ਹੋਈ ਆ। ਉਹ ਆਪੇ ਲੋਕਾਂ ਨੇ ਉਹਨੂੰ ਐਕਸੈਪਟ ਕੀਤਾ, ਆਪੇ ਪਿਆਰ ਦਿੱਤਾ ਉਸ 'ਚ, ਕੋਈ ਉਹਨੇ ਵੀ ਕੋਈ ਐਡਾ ਯੋਗਦਾਨ ਨਹੀਂ। ਉਹ ਜਿਵੇਂ ਜਿਵੇਂ ਗੱਲ ਕਲੀਅਰ ਹੋਈ ਉਸ ਹਿਸਾਬ ਨਾਲ ਲੋਕਾਂ ਦਾ ਪਿਆਰ ਸੀ, ਬਾਕੀ ਲੋਕਾਂ ਦਾ ਪਿਆਰ ਹੁਣ ਲਾਸਟ ਰਾਈਡਸ 'ਤੇ ਜੋ ਸਾਡੇ ਨਾਲ ਸਾਰੀ ਸਾਧ ਸੰਗਤ ਖੜ੍ਹੀ ਆ, ਉਹ ਆਪੇ ਪਤਾ ਲੱਗ ਗਿਆ ਜੀ ਵੀ ਕੀ ਪਿਆਰ ਹੁਣ ਲੋਕਾਂ ਦੇ ਦਿਲਾਂ ਵਿੱਚ ਉਹ ਆਪਣਾ ਬਣਾ ਚੁੱਕਿਆ ਸੀਗਾ। ਗੱਦਾਰ ਵਰਡ ਬੜਾ ਸਭ ਨੇ ਯੂਜ਼ ਕੀਤਾ, ਮੈਂ ਦੇਖ ਰਹੀ ਸੀ ਕਿ ਰਿਸ਼ਤੇਦਾਰਾਂ ਦੇ ਵੱਲੋਂ ਵੀ ਉਹ ਚੀਜ਼ਾਂ ਜਿਹੜੀਆਂ ਸੀ ਬਹੁਤ ਆਈਆਂ, ਕਿ ਹਾਂ ਉਹ ਵੀ ਚੀਜ਼ ਸਮਝਣ ਲੱਗ ਪਏ ਕਿ ਸ਼ਾਇਦ ਇਹ ਚੀਜ਼ ਆ, ਪਰ ਹੁਣ ਉਹਨਾਂ ਵੱਲੋਂ ਚੀਜ਼ ਆ ਕਿ ਹਾਂ ਸਾਡੇ ਕੋਲ ਗਲਤੀ ਹੋ ਗਈ। ਬਹੁਤ ਸਾਰੇ ਲੋਕ ਇਹ ਚੀਜ਼ ਕਹਿ ਰਹੇ ਕਿ ਅਸੀਂ ਗਲਤ ਸਮਝਿਆ ਉਸ ਟਾਈਮ 'ਤੇ, ਸਾਡੇ ਕੋਲ ਬਹੁਤ ਵੱਡੀ ਇੱਕ ਗਲਤੀ ਹੋਈ ਉਸ ਟਾਈਮ 'ਤੇ। ਦੇਖੋ ਇਹ ਸਮਝਣ ਦੀ ਆਪਦੀ ਆਪਦੀ ਹਰੇਕ ਦੀ, ਜਿੰਨੀ ਕੁ ਜਿਹਨੂੰ ਸਮਝ ਆ ਉਨੀ ਕੁ ਗੱਲ ਸੀਗੀ ਜੀ। ਜਿਹੜਾ ਉਦੋਂ ਟਾਈਮ ਸੀਗਾ, ਲੋਕਾਂ ਨੇ ਉਹਨੂੰ ਨੈਗੇਟਿਵ ਸੈਂਸ 'ਚ ਲਿਆ, ਜਾਂ ਏਜੰਸੀਜ਼ ਨੇ ਕਹਿ ਲਓ, ਬਾਕੀ ਜਥੇਬੰਦੀਆਂ ਜਾਂ ਹੋਰ ਕਿਸੇ ਦਾ ਮੈਂ ਸਪੈਸੀਫਿਕ ਨੇਮ ਨਹੀਂ, ਉਹਨਾਂ ਨੇ ਨੈਰੇਟਿਵ ਵੀ ਇਸ ਤਰ੍ਹਾਂ ਦਾ ਥਰੋ ਕੀਤਾ ਕਿ ਇਟ ਚੇਂਜ ਐਵਰੀਥਿੰਗ। ਪਰ ਜਿਵੇਂ ਜਿਵੇਂ ਉਹ ਗੱਲ ਲੋਕਾਂ ਨੂੰ ਜਾਂ ਸੰਗਤ ਨੂੰ ਪਤਾ ਲੱਗੀ, ਉਹਨਾਂ ਨੇ ਉਹ ਚੀਜ਼ ਨੂੰ ਚੱਕਿਆ, ਇਹਨੂੰ ਪਿਆਰ ਦਿੱਤਾ।
ਕਹਿੰਦੇ ਕਿ ਜਦੋਂ ਤੱਕ ਦੀਪ ਕੈਲੂ ਜੇ ਛੋਟਾ ਸੀ ਚਾਹੇ ਜਦੋਂ ਕਿਤੇ ਬਾਹਰ ਹੁੰਦਾ ਸੀ ਤਾਂ ਤੁਸੀਂ ਹਮੇਸ਼ਾ ਦਰਵਾਜ਼ੇ 'ਤੇ ਖੜ੍ਹੇ ਰਹਿੰਦੇ ਸੀ ਜਦੋਂ ਤੱਕ ਉਹ ਘਰ ਨਹੀਂ ਸੀ ਆ ਜਾਂਦਾ। ਉਹ ਦੇਖੋ ਉਹ ਤਾਂ ਸਾਡੀ ਆਪਦੀ ਜਿਵੇਂ ਪਤਾ ਹੋਣਾ ਵੀ ਉਹ ਆਉਣ ਵਾਲਾ ਜਾਂ ਉਹਨੇ ਦੱਸ ਕੇ ਜਾਣਾ, ਥੋੜ੍ਹਾ ਫਿਕਰ ਤਾਂ ਫੈਮਿਲੀ ਮੈਂਬਰਸ ਐਟਲੀਸਟ ਹੁੰਦਾ ਹੀ ਆ ਨਾ ਵੀ ਆਇਆ ਨਹੀਂ ਹਜੇ ਤੱਕ ਆਉਣ ਵਾਲਾ ਗਾ। ਉਹੀ ਉਹ ਤਾਂ ਸੀਗਾ ਵੀ ਇੰਨਾ ਕੁ ਤਾਂ ਚਲੋ ਵੀ ਆਊਗਾ ਮਿਲਦੇ ਹਾਂ ਫਿਰ ਪੈ ਜਾਂਗੇ ਕੋਈ ਨਹੀਂ, ਇਹੀ ਸੀਗਾ ਤਾਂ ਭਰਾਵਾਂ ਵਾਲੀ ਜਿਹੜੀ ਗੱਲ ਹੁੰਦੀ ਹੈ ਜੀ। ਪੰਜਾਬ ਦੀ ਹਰ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਿਕਲੇ ਨੇ, ਹਰ ਮਾਂ ਜਿਹੜੀ ਉਹ ਰੋਈ ਆ ਜਦੋਂ ਇਹ ਖਬਰ ਬਾਹਰ ਆਈ ਸੀ। ਦੇਖੋ ਉਹ ਜਿਹੜੀ ਹੁਣ ਸਿਚੁਏਸ਼ਨ 'ਚ ਸੀ ਸਟੇਜ 'ਤੇ ਸੀਗਾ, ਉਹ ਪੰਜਾਬ ਦੇ ਲਈ ਉੱਥੋਂ ਸਾਰਾ ਕੁਛ ਆਪਣਾ ਛੱਡ ਕੇ ਆਇਆ ਸੀ। ਸਾਡੀ ਕਾਫੀ ਇਸ ਰਿਗਾਰਡਿੰਗ ਵੀ ਜਿਵੇਂ ਨੋਰਮਲੀ ਰੂਟੀਨ 'ਚ ਵੀ ਕਰ ਗੱਲ ਹੋਈ, ਉਹ ਕਹਿੰਦਾ ਸੀ ਜੇ ਆਪਾਂ ਕਿਸੇ ਨੂੰ ਤਾਂ ਐਟਲੀਸਟ ਇੱਥੇ ਖੜ੍ਹਨਾ ਹੀ ਪਊਗਾ ਨਾ, ਪੰਜਾਬ ਦੀ ਗੱਲ ਕਰਨੀ ਪਊਗੀ, ਫਿਰ ਉਹ ਆਪਾਂ ਕਿਉਂ ਨਹੀਂ ਗੇ। ਆਪਾਂ ਜਿਹੜੀ ਉਹਨੇ ਵੀ ਗੱਲ ਕੀਤੀ ਇਸ ਵੈਰੀ ਇਨ ਦਾ ਲਿਮਿਟੇਸ਼ਨਸ ਆਫ ਦਾ ਲੋ, ਜਿਵੇਂ ਉਹ ਕਹਿੰਦਾ ਸੀ ਜਾਬਤੇ 'ਚ ਰਹਿ ਕੇ ਵਿਦ ਇਨ ਦਾ ਲੋ ਵੀ ਜੋ ਚੀਜ਼ ਆਪਾਂ ਐਜ਼ ਪਰ ਆ ਕੋਨਸਟੀਟਿਊਸ਼ਨ ਆਪਾਂ ਕਹਿ ਸਕਦੇ ਹਾਂ, ਉਹਨੇ ਉਸ ਦੀਆਂ ਲਿਮਿਟੇਸ਼ਨ 'ਚ ਰਹਿ ਕੇ ਹੀ ਉਹ ਗੱਲ ਕੀਤੀ ਹੈਗੀ ਵੀ ਐਵਰੀ ਰਾਈਟ ਆਪਣਾ ਉਹ ਵੀ ਆਪਣੀ ਆਵਾਜ਼ ਉਠਾਉਣਾ, ਉਹਦੇ ਤੋਂ ਆਪਣੇ ਰਾਈਟਸ ਤੋਂ ਰਾਈਟਸ ਦੀ ਗੱਲ ਹੀ ਕਰਦਾ ਸੀ ਉਹ ਵਿਦ ਇਨ ਦਾ ਲੋ। ਬੜੀਆਂ ਸਾਰੀਆਂ ਚੀਜ਼ਾਂ ਆਈਆਂ ਕਿ ਐਕਸੀਡੈਂਟ ਨਹੀਂ ਹੋਇਆ, ਮਰਡਰ ਹੋਇਆ ਆ, ਦੂਜੇ ਪਾਸੇ ਆ ਰਹੇ ਕਿ ਐਕਸੀਡੈਂਟ ਹੋਇਆ ਆ। ਉਸ ਤੋਂ ਬਾਅਦ ਦੇਖੀਏ ਤਾਂ ਰੀਸੈਂਟਲੀ ਰੀਨਾ ਰਾਏ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਆ ਕਿ ਕੀ ਕੁਛ ਹੋਇਆ ਸੀ, ਪੂਰਾ ਕੀ ਟਾਈਮ ਸੀ ਉਹ 120 ਘੰਟਿਆਂ ਦਾ, ਉਹਨਾਂ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਬਿਆਨ ਕੀਤੀ ਇੱਕ ਪੋਸਟ ਦੇ ਰਾਹੀਂ। ਦੇਖੋ ਜਿਹੜੀ ਗੱਲ ਸੀਗੀ ਜੀ ਉਸ ਦਿਨ ਹੋਈ ਆ, ਐਟ ਦਿਸ ਸਟੇਜ ਤਾਂ ਜਿਹੜਾ ਮੈਂ ਵੀ 2-3 ਘੰਟੇ ਗਿਆ ਉੱਥੋਂ ਤਾਂ ਇਹੀ ਲੱਗਦਾ ਵੀ ਐਕਸੀਡੈਂਟ ਆ, ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਕੇਸ ਦੀ, 1-2 ਦਿਨਾਂ 'ਚ ਜਾ ਕੇ ਪਤਾ ਕਰਾਂਗੇ ਜੀ ਕੀ ਰਿਪੋਰਟਸ ਕੱਢੀਆਂ ਉਹਨਾਂ ਨੇ। ਬਾਕੀ ਆਈ ਕਾਂਟ ਟੈਲ ਰਾਈਟ ਨੋ ਦੈਟ ਵਾਟ ਵਾਜ਼ ਦਾ ਐਕਚੁਅਲ ਸਿਚੁਏਸ਼ਨ, ਉਹ ਤਾਂ ਸਾਰੀਆਂ ਜਦੋਂ ਏਜੰਸੀਜ਼ ਦੀ ਇਨਵੈਸਟੀਗੇਸ਼ਨ ਏਜੰਸੀਜ਼ ਦੀ ਰਿਪੋਰਟ ਆਊਗੀ ਫਿਰ ਹੀ ਕਲੀਅਰ ਹੋਊਗਾ ਜੀ। ਸੋ ਕਿਤੇ ਨਾ ਕਿਤੇ ਇੱਕ ਚੀਜ਼ ਮੈਂ ਲਾਸਟ ਵਾਲ ਜ਼ਰੂਰ ਪੁੱਛਣਾ ਚਾਹਾਂਗੀ ਕਿ ਇਸ ਟਾਈਮ 'ਤੇ ਹੁਣ ਜਿਸ ਤਰੀਕੇ ਨਾਲ ਦੀਪ ਸਿੱਧੂ ਨੂੰ ਪਿਆਰ ਮਿਲਿਆ, ਜੇ ਇੱਕ ਕਮਾਈ ਆ ਉਹਨਾਂ ਦੀ ਜੋ ਲੋਕਾਂ ਦਾ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਹੁਣ ਮਿਲ ਰਹੀ ਹੈ। ਦੇਖੋ ਇੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਉਹ ਲੋਕਾਂ ਦਾ ਪਿਆਰ ਆ ਜੋ ਉਹਦੇ ਪ੍ਰਤੀ ਸੀਗਾ, ਹੁਣ ਐਟ ਲਾਸਟ ਏਜ 'ਤੇ ਵੀ ਜੋ ਉਹਨਾਂ ਨੂੰ ਪਿਆਰ ਦਿੱਤਾ ਲੋਕਾਂ ਨੇ ਉਹ ਤੁਹਾਡੇ ਸਾਹਮਣੇ ਆ, ਉਹ 'ਚ ਕੋਈ ਬਿਆਨ ਕਰਨ ਦੀ ਲੋੜ ਨਹੀਂ ਗੀ ਜੀ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ। ਸੋ ਇਹ ਸਨ ਮੇਰੇ ਨਾਲ ਮਨਦੀਪ ਸਿੱਧੂ ਜੋ ਕਿ ਦੀਪ ਸਿੱਧੂ ਦੇ ਬ੍ਰਦਰ ਨੇ। ਅੱਜ ਉਹਨਾਂ ਦਾ ਨਵਾਂ ਜਿਹੜਾ ਲਾਸਟ ਪ੍ਰੋਜੈਕਟ, ਲਾਸਟ ਗੀਤ ਜੇ ਅਸੀਂ ਲਾਹੌਰ ਪੜ੍ਹਦੇ ਹੁੰਦੇ ਰਿਲੀਜ਼ ਹੋ ਰਿਹਾ ਹੈ ਅਤੇ ਰਿਲੀਜ਼ਿੰਗ 'ਤੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਬ੍ਰਦਰ ਮਨਦੀਪ ਸਿੱਧੂ ਨੇ। ਕੈਮਰਾਮੈਨ ਅਸ਼ੋਕ ਦੇ ਨਾਲ ਖੁਸ਼ੀ ਸਰਾਂ, ਚੰਡੀਗੜ੍ਹ।